ਇੱਕ ਹੋਟਲ ਹਯਾਤ ਦੇ ਅੰਦਰ ਹਰੇਕ ਸਾਲ ਇਹ ਸਾਡੀ ਹੌਜ ਦੀ ਲਾਈਨ ਜਿਹੜੀ ਆ ਲੁਧਿਆਣਾ ਦਾ ਲੁਧਿਆਣੇ ਦੇ ਅੰਦਰ ਹੱਬ ਆ ਹੌਜ ਦੀ ਦਾ। ਇੱਥੋਂ ਬੜੀ ਬੜੀ ਪੂਰੇ ਦੁਨੀਆਂ ਦੇ ਵਿੱਚੋਂ ਆ ਕੇ ਲੋਕ ਅੱਜ ਇੱਥੇ ਸੈਂਪਲ ਦੇਖਦੇ ਆ ਔਰ ਉਸੇ ਸੈਂਪਲ ਨੂੰ ਦੇਖਦੇ ਹੋਏ ਅੱਗੇ ਆਰਡਰ ਦਿੰਦੇ ਆ। ਇਹ ਹੌਜ ਦੀ ਜਿਹੜੀ ਆ ਸਾਡੇ ਪੰਜਾਬ ਨੂੰ ਪੂਰੇ ਨੂੰ ਮਜ਼ਬੂਤ ਕਰਕੇ ਸਰਕਾਰਾਂ ਵੀ ਇਸੇ ਬਿਜ਼ਨਸ ਦੇ ਤੌਰ ਤੇ ਚੱਲਦੀਆਂ ਨੇ। ਜਦੋਂ ਹੌਜ ਦੀ ਲਾਈਨ ਚੱਲਦੀ ਆ ਉਦੋਂ ਸਰਕਾਰ ਵੀ ਮਜ਼ਬੂਤ ਹੁੰਦੀ ਹੈ। ਨਹੀਂ ਉਹ ਹੋਈ ਆ, ਪਰ 26 ਜਨਵਰੀ ਵਾਲੇ ਦਿਨ ਸੈਕਟਰੀ ਸਾਹਿਬ ਆਏ ਸੀਗੇ PAU ਦੇ ਵਿੱਚ, ਅਸੀਂ ਮੈਂ DC ਮੈਡਮ ਸਾਰੇ ਬੈਠੇ ਸੀਗੇ, ਦੋਨਾਂ ਇੰਡਸਟਰੀਆਂ ਲਈ, ਹੌਜਰੀ ਲਈ ਵੀ ਦੂਸਰੀ ਇੰਡਸਟਰੀ ਲਈ ਵੀ, ਇਹਨਾਂ ਲਈ ਜਗ੍ਹਾ ਪ੍ਰੋਵਾਈਡ ਕਰਨੀ ਜ਼ਰੂਰੀ ਆ। ਕਿਉਂਕਿ ਜਦੋਂ ਹੁਣ ਇੰਨਾ ਇੰਨਾ ਪੈਸਾ ਖਰਚ ਕੇ ਇੱਥੇ ਹੋਟਲਾਂ ਦੇ ਵਿੱਚ ਕਰਦੇ ਆ, ਇਹੀ ਇਹਨਾਂ ਨੂੰ ਇੱਕ ਜਗ੍ਹਾ ਬਣਾ ਕੇ ਦਿੱਤੀ ਹੋਊਗੀ। ਉਹਦੇ ਨਾਲ ਆਲੇ ਦੁਆਲੇ ਵੀ ਜਿੱਥੇ ਜਗ੍ਹਾ ਬਣਾ ਕੇ ਦਾਂਗੇ ਉਹਦੇ ਆਲੇ ਦੁਆਲੇ ਵੀ ਲੋਕ ਵਰਤੋਂ ਦੇ ਵਿੱਚ ਲਿਆਉਗੇ ਜਗ੍ਹਾ ਨੂੰ। ਇਸ ਕਰਕੇ ਹੌਜਰੀ ਨੂੰ ਮਜ਼ਬੂਤ ਕਰਨਾ, ਇੰਡਸਟਰੀ ਨੂੰ ਮਜ਼ਬੂਤ ਕਰਨਾ, ਜੇ ਬਿਜ਼ਨਸ ਚੱਲੂਗਾ ਤਾਂ ਹੀ ਸਰਕਾਰਾਂ ਮਜ਼ਬੂਤ ਹੋ ਕੇ ਚੱਲਦੀਆਂ। ਵਿਪਕਸ਼ ਤੰਜ ਕਸ ਰਿਹਾ ਕਿ ਤੁਸੀਂ ਏਅਰਪੋਰਟ ਦਾ ਨਾਰਾ ਲਾ ਰਹੇ ਹੋ ਕਿ ਬੰਦ ਤਾਂ ਜਾਣਾ, ਇੱਥੇ ਫਲਾਈਟਾਂ ਤਾਂ ਚੱਲਣੀਆਂ ਨਹੀਂ, ਫਾਇਦਾ ਕੀ? ਇਹ ਤਾਂ ਪ੍ਰੋਪਰਟੀ ਡੀਲਰਾਂ ਨੂੰ ਸਪੋਰਟ ਕਰ ਰਹੇ ਆ। ਵਿਪਕਸ਼ ਨੂੰ ਇਹ ਪੁੱਛੋ ਵੀ ਤੁਸੀਂ ਵੀ ਲੋਡੂ ਵਾਲਾ ਆਪਣੇ ਰਾਜ ਦੇ ਵਿੱਚ 3-4 ਵਾਰੀ ਏਅਰਪੋਰਟ ਬਣਾਉਂਦੇ ਰਹਿ ਗਏ, ਪਰ ਬਣਿਆ ਉੱਥੇ ਮੈਨੂੰ ਲੱਗਦਾ ਸਾਈਕਲ ਸਟੈਂਡ ਵੀ ਨਹੀਂ ਅਜੇ ਤੱਕ ਇਹਨਾਂ ਕੋਲੋਂ। ਇਹਨਾਂ ਨੇ ਹਮੇਸ਼ਾ ਕੰਮ ਕਰਨ ਵਾਲੇ ਬੰਦਿਆਂ ਦੇ ਵਿੱਚ ਰੋੜੇ ਪਾਉਣੇ ਆ, ਔਰ ਰੋੜਾ ਪਾ ਕੇ ਹਰ ਕੰਮ ਨੂੰ ਚੰਗੇ ਨੂੰ ਇਹਨਾਂ ਨੇ ਨਿੰਦਣਾ, ਇਹਨਾਂ ਦੀ ਰਾਸ਼ੀ ਚ। MLA ਸਾਹਿਬ, ਇੱਕ ਦੇਖਿਆ ਜਾਂਦਾ ਕਿ ਮਹਾਨਗਰ ਕਾਫੀ ਦਿਨ ਦਾ ਘੋਸ਼ਿਤ ਹੋਇਆ, ਹਜੇ ਤੱਕ ਇਹ ਸਾਰੀਆਂ ਚੀਜ਼ਾਂ ਦਾ ਡਿਵੈਲਪਮੈਂਟ ਕਿਉਂ ਨਹੀਂ ਹੋਈ? ਦੇਖੋ ਇਹ ਹੁਣ ਸਾਨੂੰ ਤਾਂ 2 ਸਾਲ ਹੋਏ ਆ, ਅਸੀਂ ਤਾਂ ਇਹਨਾਂ ਦੇ ਜਿਹੜੇ ਪਹਿਲਾਂ ਕੰਡੇ ਬੀਜੇ ਹੋਏ ਆ ਉਹੀ ਚੁਗਦੇ ਫਿਰਦੇ ਆ। ਹੁਣ 2 ਸਾਲਾਂ ਚ ਤੁਸੀਂ ਦੇਖ ਲਓ ਵੀ 40,000 ਬੰਦੇ ਨੂੰ ਨੌਕਰੀ ਮਿਲੀ ਤੇ ਜਿਹੜੇ ਲੋਕ ਕੱਚੇ ਕਰਮਚਾਰੀ ਸੀਗੇ ਉਹਨਾਂ ਨੂੰ ਪੱਕਾ ਕੀਤਾ। ਇਹਨਾਂ ਨੇ ਤਾਂ ਪਿਛਲੇ ਸਮਿਆਂ ਦੇ ਵਿੱਚ, ਪਹਿਲਾਂ ਭਾਜਪਾ ਅਕਾਲੀ ਦਲ ਰਹੀ, ਉਹਨੇ ਨੀ 10 ਸਾਲ ਕੁਛ ਕੀਤਾ, ਕਾਂਗਰਸ 5 ਸਾਲ ਕਰਕੇ ਗਈ ਆ। ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਘਾਣ ਕੀਤਾ ਪੰਜਾਬੀਅਤ ਦਾ। ਇਸ ਕਰਕੇ ਹੁਣ ਕੰਮ ਕਰ ਰਹੇ ਆ, ਸਰਦਾਰ ਭਗਵੰਤ ਸਿੰਘ ਮਾਨ ਲੱਗਿਆ ਹੋਇਆ ਔਰ ਉਹਦੇ 92 ਮੈਂਬਰ ਜਿਹੜੇ ਆ ਅਸੀਂ ਦਿਨ ਭਰ ਰਾਤ ਮਿਹਨਤ ਕਰ ਰਹੇ ਆ। ਕੋਈ ਨੀ, ਮਿਹਨਤ ਦਾ ਫਲ ਪਰਮਾਤਮਾ ਦਿੰਦਾ ਹੁੰਦਾ। ਪਿੱਛੇ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਤੁਸੀਂ ਤਾਇਆ ਬਣਨ ਵਾਲੇ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਨਹੀਂ ਦੇਖੋ, ਗੱਲ ਸੁਣੋ, ਵਧੀਆ ਗੱਲ ਆ ਜਦੋਂ ਸਾਡੇ ਘਰ ਚ ਕੋਈ ਖੁਸ਼ੀ ਆਊ, ਕੋਈ ਨਵਾਂ ਜੀ ਆਊਗਾ ਤਾਂ ਉਹਦੀ ਖੁਸ਼ੀ ਹੋਇਆ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਖੁਸ਼ੀ ਹੈ ਉਸ ਗੱਲ ਦੀ। ਜਦੋਂ ਘਰ ਕਿਸੇ ਦੇ ਵਿਹੜੇ ਦੇ ਵਿੱਚ ਰੌਣਕ ਲੱਗੂਗੀ ਤਾਂ ਅਸੀਂ ਵੀ ਆਪਣੇ ਆਪ ਦੇ ਫਖਰ ਬਿਲਕੁਲ ਬਣਾਂਗੇ। ਬਿਲਕੁਲ, ਪਰਮਾਤਮਾ ਦਿਨ ਲਿਆਵੇ, ਬਹੁਤ ਵਧੀਆ ਗੱਲ ਆ। ਐਗਜੀਬਿਸ਼ਨ ਬਾਰੇ ਕੀ ਕਹੋਗੇ, ਦੇਖ ਲਿਆ ਹਜੇ? ਨਹੀਂ ਦੇਖਣਾ ਵਾ, ਪਰ ਇਹ ਲੋਕ ਮਿਹਨਤ ਕਰਦੇ ਆ, ਇਹਨਾਂ ਦੀ ਮਿਹਨਤ ਦਾ ਜਿਹੜਾ ਗੁਲਦਸਤਾ ਅੱਜ ਦੇਖੋ ਤੁਸੀਂ, ਇੱਕ ਇੱਕ ਚੀਜ਼ ਨੂੰ ਚੱਕ ਕੇ ਦੇਖੋ, ਸਵਾਟਰ ਕੋਟ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਆਮ ਲੋਕਾਂ ਚ ਜਾ ਕੇ 1,000 ਰੁਪਏ ਦੀ ਵਿਕਦੀ ਹੈ, 500 ਦੀ ਵਧੀਆ ਚੀਜ਼ ਬਣਾ ਕੇ ਦਿੰਦੇ ਆ ਆਮ ਲੋਕਾਂ ਦੀ ਜਿਹੜੀ ਠੰਡ ਆ ਉਹਨੂੰ ਰੋਕਣ ਲਈ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ। ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਜਿਹੜਾ ਕਿ LRGMA ਦੇ ਵੱਲੋਂ ਜਿਹੜਾ ਕਿ ਐਗਜੀਬਿਸ਼ਨ ਜਿਹੜੀ ਸਟਾਰਟ ਹੋ ਗਈ ਹੈ, ਉਸ ਤੋਂ ਬਾਅਦ ਜਿਹੜੇ ਵਿਜ਼ਟਰ ਵੀ ਪਹੁੰਚ ਰਹੇ ਨੇ, MLA ਸਾਹਿਬ ਵੀ ਜਿਹੜੇ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ। ਸੋ ਗੱਲਬਾਤ ਕਰਦੇ ਹੈਗੇ ਦਰਸ਼ਨ ਗਾਬਾ ਜੀ ਨਾਲ, ਚੇਅਰਮੈਨ। ਸਰ, ਕੀ ਕਹਿਣਾ ਚਾਹੋਗੇ? ਇਸ ਵਾਰੀ ਪਹਿਲਾ ਦਿਨ ਸ਼ੁਰੂ ਹੋ ਚੁੱਕਾ ਹੈ ਐਗਜੀਬਿਸ਼ਨ ਦਾ, ਸੈਕਿੰਡ ਹਾਫ ਚ ਪਹੁੰਚ ਚੁੱਕੇ, ਵਿਜ਼ਟਰਾਂ ਦਾ ਫੁੱਟਫਲੋ ਕਿਦਾਂ? ਬਹੁਤ ਅੱਛਾ ਜੀ, ਪਿਛਲੇ ਨਾਲੋਂ ਜ਼ਿਆਦਾ, ਜੋ ਅਸੀਂ ਸੋਚਿਆ ਸੀ ਉਸ ਨਾਲੋਂ ਜ਼ਿਆਦਾ ਆ ਰਿਹਾ ਜੀ। ਗਾਬਾ ਜੀ, ਜਦੋਂ ਆਪਾਂ ਇੱਕ ਕੰਮ ਸ਼ੁਰੂ ਕਰਦੇ ਹਾਂ, ਸਟਾਰਟਿੰਗ ਚ ਕੁਝ ਹੋਰ ਚੀਜ਼ਾਂ ਆਉਂਦੀਆਂ, ਪਰ ਸਮੇਂ ਦੇ ਅਨੁਸਾਰ ਨਾਲ ਨਿਖਾਰ ਆਂਦਾ ਜਾਂਦਾ। ਆਪਾਂ ਤੀਸਰੇ ਐਡੀਸ਼ਨ ਤੇ ਪਹੁੰਚ ਗਏ, ਸੋ ਸਟਾਰਟ ਤੋਂ ਹੁਣ ਤੱਕ ਚ ਸਫ਼ਰ ਕਿੱਦਾਂ ਦਾ ਰਿਹਾ?
ਸਫ਼ਰ ਅੱਛਾ ਰਿਹਾ ਜੀ, ਜਿਵੇਂ ਪਹਿਲੇ ਕੁਛ ਕਮੀਆਂ ਸੀ ਉਹਨੂੰ ਅਸੀਂ ਹਰ ਡਿਸ਼ਨ 'ਚ ਦੂਰ ਕਰਦੇ ਜਾ ਰਹੇ ਹਾਂ, ਜਿਵੇਂ ਖਾਣੇ ਦੀ ਸੀ ਜਾਂ ਕਿਸੇ ਟ੍ਰਾਂਸਪੋਰਟੇਸ਼ਨ ਦੀ ਸੀ, ਜਿਹੜੀ ਵੀ ਸੀ ਦਿੱਕਤ ਅਸੀਂ ਦੂਰ ਕਰ ਰਹੇ ਹਾਂ, ਕਸਟਮਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਂਦੀ। ਅਤੇ ਜਿਹੜਾ ਆਪਣੇ ਮੈਂਬਰਾਂ ਦਾ ਕਾਫਲਾ ਵੀ ਵਧਿਆ, ਹਾਂਜੀ ਪਰਿਵਾਰ ਕਿੰਨਾ ਕੁ ਵੱਧ ਚੁੱਕਾ ਹੁਣ? 152 ਮੈਂਬਰ ਹੋ ਗਏ ਜੀ। 152 ਮੈਂਬਰ ਹੋ ਚੁੱਕੇ, ਹਾਂਜੀ। ਅਤੇ ਜੇ ਇਹ ਇੱਦਾਂ ਹੀ ਇਸੇ ਤਰੀਕੇ ਨਾਲ ਵੱਧਦਾ ਰਹੇਗਾ? ਨਹੀਂ, ਫਿਲਹਾਲ ਤਾਂ ਇੱਥੇ ਸਟੋਪ ਹੈ ਜੀ। ਜੀ ਪੱਕੀ। ਸਾਡੇ ਨਾਲ ਗੱਲ ਖੜਦੇ ਸੰਦੀਪ ਬਹਿਲ ਜੀ, ਜਿਹੜੇ ਪ੍ਰਧਾਨ ਆ, ਇਹਨਾਂ ਨੂੰ ਵੀ ਪੁੱਛਾਂਗੇ। ਸਰ, ਤੀਸਰੇ ਐਡੀਸ਼ਨ 'ਚ ਪਹੁੰਚੇ, ਮੈਨੂੰ ਯਾਦ ਹੈ ਪਹਿਲਾ ਐਡੀਸ਼ਨ ਵੀ ਸੀ, ਫਿਰ ਦੂਸਰਾ ਹੋਇਆ, ਹੁਣ ਤੀਸਰੇ ਆ। ਸੋ ਬਹੁਤ ਸਾਰੀ ਚੀਜ਼ਾਂ ਜ਼ਮੀਨੀ ਹਕੀਕਤ ਸਮਝ ਆ ਜਾਂਦੀਆਂ। ਕਿੱਦਾਂ ਦਾ ਰਿਹਾ ਸਫ਼ਰ? ਸਫ਼ਰ ਸਰ ਮੋਸਟ ਪ੍ਰੋਬੇਬਲੀ ਤਾਂ ਬਹੁਤ ਵਧੀਆ ਰਿਹਾ, ਹੈਪੀ ਸਫ਼ਰ ਰਿਹਾ ਸਾਡਾ, ਸਾਡੇ ਤੁਹਾਡੇ ਵਰਗੇ ਭਰਾਵਾਂ ਦਾ, ਸਾਡੇ ਸਾਰੇ ਭਰਾਵਾਂ ਦਾ ਸਹਿਯੋਗ ਰਿਹਾ। ਇਸ ਕਰਕੇ ਸਫ਼ਰ ਥੋੜ੍ਹੀ ਬਹੁਤੀ ਹਰਡਲ ਤਾਂ ਚੱਲਦੀਆਂ ਹੀ ਆ, ਹਰਡਲ ਚੱਲਦੀਆਂ ਕਿ ਆਪਾਂ ਕੁਛ ਕਰਦੇ ਹਾਂ ਅਤੇ ਕੁਛ ਸਿੱਖਣ ਨੂੰ ਮਿਲਦਾ, ਅਗਲੀ ਵਾਰੀ ਉਹਨੂੰ ਇੰਪਰੂਵਮੈਂਟ ਕਰਦੇ ਹਾਂ ਉਹਦੇ 'ਤੇ। ਹਰਡਲ ਹੁੰਦੀਆਂ ਅਤੇ ਉਹਦਾ ਸਲੂਸ਼ਨ ਹੋਏਗਾ, ਬਿਲਕੁਲ ਹਰਡਲਸ ਆਉਣਗੀਆਂ ਅਤੇ ਸਲੂਸ਼ਨ ਆਏਗਾ ਜੀ। ਇਹੀ ਸੋਚ ਲੈ ਕੇ ਚੱਲੇ ਹਾਂ, ਬਹੁਤ ਪੋਜ਼ਿਟਿਵ ਸੋਚ ਨਾਲ, ਬਹੁਤ ਪੋਜ਼ਿਟਿਵ ਆਪਣੇ ਬਿਹੇਵੀਅਰ ਨਾਲ। ਇੱਦਾਂ ਦਾ ਤਾਂ ਨਹੀਂ ਲੱਗ ਰਿਹਾ ਅਸੀਂ ਬਾਹਰ ਹੀ ਜਾ ਕੇ ਬੁਕਿੰਗ ਕਰਦੇ ਵਧੀਆ ਸੀ, ਕਿੱਥੇ ਅਸੀਂ ਲੁਧਿਆਣੇ 'ਚ ਫਸ ਗਏ ਕਹਿ ਕੇ, ਕਿਉਂਕਿ ਅਕਸਰ ਬਾਅਦ 'ਚੋਂ ਬੰਦਿਆਂ ਨੂੰ ਲੱਗਦਾ ਕਿ ਨਹੀਂ ਯਾਰ, ਮਤਲਬ ਬਾਹਰ ਨਹੀਂ, ਬਾਹਰ ਹੀ ਜਾਣਾ ਚਾਹੀਦਾ ਸੀ। ਮੈਂ ਤੁਹਾਡੀ ਗੱਲ ਫੋਲੋ ਕਰ ਰਿਹਾ ਸਰ। ਬੇਸਿਕਲੀ LRGMA ਫਾਊਂਡ ਕਰਨ ਦਾ ਜਿਹੜਾ ਸਾਡਾ ਮਕਸਦ ਸੀ, ਮੇਨ ਮਕਸਦ ਹੀ ਇਹੀ ਸੀ ਸਰ ਕਿ ਅਸੀਂ ਲੁਧਿਆਣੇ ਦੇ ਵਿੱਚ ਆਪਣੇ ਜਿਹੜੇ ਬਾਇਰਸ ਆ ਉਹਨਾਂ ਦੀ ਫੁੱਟਫਾਲ ਨੂੰ ਰੀਗੇਨ ਕਰਨਾ ਸੀ, ਜਿਹੜੀ ਕਿ ਕੋਵਿਡ ਤੋਂ ਬਾਅਦ ਕੋਵਿਡ ਤੋਂ ਬਾਅਦ ਜਿਹੜੀ ਹੈ ਮਿਸ ਹੋ ਰਹੀ ਸੀ, ਜਿਹਦੇ ਕਰਕੇ ਅਸੀਂ ਮਤਲਬ ਜਿਹਦੇ ਕਰਕੇ ਸਾਨੂੰ ਵੀ ਫੀਲ ਹੋ ਰਿਹਾ ਸੀ ਕਿ ਸਾਨੂੰ ਕੋਈ ਇੱਦਾਂ ਦਾ ਪਲੇਟਫਾਰਮ ਚਾਹੀਦਾ ਜਿਹਦੇ ਨਾਲ ਲੁਧਿਆਣੇ 'ਚ ਕਸਟਮਰ ਦੀ, ਸਾਡੇ ਬਾਇਰ ਦੀ ਫੁੱਟਫਾਲ ਵਧੇ। ਇਹੀ LRGMA ਫਾਊਂਡੇਸ਼ਨ ਦਾ ਰੀਜ਼ਨ ਹੀ ਮੇਨ ਇਹ ਸੀਗਾ। ਔਰ ਅਸੀਂ ਦੇਖ ਰਹੇ ਹਾਂ ਇਸ ਚੀਜ਼ 'ਤੇ ਟਿਕੇ ਰਹੋਗੇ ਜਾਂ ਪਛਤਾਵਾ ਤਾਂ ਨਹੀਂ ਹੋ ਰਿਹਾ ਕਿ ਕਿਤੇ ਯਾਰ ਗਲਤ ਫੈਸਲਾ ਲੈ ਲਿਆ? ਫੈਸਲਾ ਕਿੱਦਾਂ ਦਾ ਰਿਹਾ? ਨਹੀਂ ਨਹੀਂ ਸਰ, ਜੇ ਅਸੀਂ ਫਸਟ, ਸੈਕਿੰਡ ਔਰ ਥਰਡ ਐਡੀਸ਼ਨ ਦੀ ਗੱਲ ਕਰੀਏ, ਪਹਿਲੇ ਤੋਂ ਦੂਜਾ ਤੁਸੀਂ ਵੀ ਦੇਖਦੇ ਹੀ ਹੋ ਆ ਕੇ, ਹਰ ਵਾਰੀ ਤੁਸੀਂ ਸਾਨੂੰ ਨਾਲ ਹੀ ਰਹਿੰਦੇ। ਸੰਸਥਾਵਾਂ ਦੇਖੀਆਂ ਸੀ ਜਿਹੜੇ 7ਵੇਂ 8ਵੇਂ 9ਵੇਂ ਐਡੀਸ਼ਨ ਤੱਕ ਬਹੁਤ ਅੱਛੀਆਂ ਗਈਆਂ, ਪਰ ਫਿਰ ਹੌਲੀ ਹੌਲੀ ਉਹਦੇ ਵਿੱਚੋਂ ਮੈਂਬਰ ਆਪਣੇ ਹੀ ਸਾਈਡ ਤੇ ਹੋਣੇ ਸ਼ੁਰੂ ਹੋ ਗਏ ਤੇ ਅੱਜ ਪਤਾ ਲੱਗਿਆ ਕਿ ਉਹ ਮਤਲਬ ਕਾਫੀ ਡਿਵੀ ਗਰੋਥ ਤੇ ਪਹੁੰਚ ਗਈ। ਚਲੋ ਸਰ, 7ਵੀਂ 8ਵੀਂ 9ਵੀਂ ਤਾਂ ਮੈਂ ਐਡੀ ਵੱਡੀ ਗੱਲ ਕਰਨਾ, ਹਲੇ ਮੈਂ ਬਹੁਤ ਵਾਜਬ ਨਹੀਂ ਸਮਝਦਾ, ਮੈਂ ਤਾਂ ਆਪਣੀ ਹੌਸਲੇ ਬੁਲੰਦੀ ਹੈ ਨਾ, ਬਿਲਕੁਲ ਬੁਲੰਦ ਹੈ ਜੀ, ਪੂਰੇ ਬੁਲੰਦ ਹੈ। ਸ਼ਾਇਦ ਸਾਡੀਆਂ ਗੱਲਾਂ ਬੁਰੀਆਂ ਵੀ ਲੱਗ ਰਹੀਆਂ ਹੁਣ? ਨਹੀਂ ਨਹੀਂ, ਤੁਸੀਂ ਬੁਰੀਆਂ ਗੱਲਾਂ ਕਰਦੇ ਹੋ, ਸਾਨੂੰ ਵੀ ਚਾਨਣ ਹੋ ਜਾਂਦਾ ਨਹੀਂ, ਅੱਗੇ ਅਸੀਂ ਕਿੱਦਾਂ ਚੱਲਣਾ ਹੈ। ਤੁਸੀਂ ਜਿੱਦਾਂ ਕਹਿੰਦੇ ਮੈਂਬਰ ਆਪਣੇ ਆਪਣੇ ਰਸਤੇ ਚੱਲਦੇ, ਸਾਨੂੰ ਵੀ ਪਤਾ ਸੀ ਪਰਿਵਾਰ ਨੂੰ ਕਿੱਦਾਂ ਬੰਨ ਕੇ ਚੱਲਣਾ ਆਪਣੇ, ਤੇ ਅਸੀਂ ਹਰ ਆਪਣੇ ਪਰਿਵਾਰ ਦੇ ਹਰ ਮੈਂਬਰ ਦੀ ਸੁਣਵਾਈ ਕਰਕੇ ਚੱਲਦੇ ਹਾਂ, ਹਰ ਉਹਦੀ ਕੋਈ ਵੀ ਸੁਜੈਸ਼ਨ ਜਾਂ ਕੋਈ ਵੀ ਸਲਾਹ ਹੁੰਦੀ ਹੈ ਤੇ ਉਹਨੂੰ ਸਿਰ ਮੱਥੇ ਰੱਖ ਕੇ ਚੱਲਦੇ ਹਾਂ ਸਰ। ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਇੱਦਾਂ ਹੀ ਚੱਲਦੇ ਰਹਾਂਗੇ ਜੀ। ਸੋ ਆਓ ਰੁੱਖ ਕਰਦੇ ਹਾਂ, ਜਿੱਦਾਂ ਕਿ ਸੰਦੀਪ ਜੀ ਨਾਲ ਗੱਲ ਕੀਤੀ, ਧੰਨਵਾਦ ਸੰਦੀਪ ਜੀ। ਤੇ ਹੋਰ ਵੀ ਰੁੱਖ ਕਰਦੇ ਹਾਂ ਕਿ ਹੋਰ ਜਿਵੇਂ ਵਿਧਾਇਕ ਜਿਹੜੇ ਪਹੁੰਚੇ ਹੋਏ ਨੇ ਉਹ ਅਲੱਗ ਅਲੱਗ ਜਗ੍ਹਾ ਤੇ ਰੂਟ ਕਰ ਰਹੇ ਨੇ। ਸੋ ਦੇਖਦੇ ਹਾਂ ਕੀ ਉਹਨਾਂ ਵੱਲੋਂ ਜਿਹੜਾ ਹੈਗਾ ਕੀਤਾ ਜਾ ਰਿਹਾ, ਉਪਰਾਲਾ ਕੀਤਾ ਜਾ ਰਿਹਾ, ਵਿਜ਼ਿਟ ਕੀਤੀ ਜਾ ਰਹੀ ਹੈ ਵੱਖ ਵੱਖ ਸਟਾਲਸ। ਸੋ ਪਹੁੰਚੇ ਹਾਂ ਅਸੀਂ, ਜਿਹੜਾ ਇਸ ਵੇਲੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜੀਆਂ ਤਸਵੀਰਾਂ ਇਸ ਵੇਲੇ ਦੀਆਂ, ਵਿਧਾਇਕ ਜੀ ਕਿੱਦਾਂ ਜਿਹੜੇ ਹੈ ਵਿਜ਼ਟਰਸ ਨੂੰ ਵੀ ਮਿਲ ਰਹੇ ਹੈ, ਕਸਟਮਰਸ ਨੂੰ ਵੀ ਮਿਲ ਰਹੇ ਹੈਗੇ ਹੈ। ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸ਼ੋਕ ਪ੍ਰੈਸ਼ਰ ਪੱਪੀ ਜੀ ਜਿਹੜੇ ਵਿਧਾਇਕ ਹੈਗੇ ਹਲਕਾ ਸੈਂਟਰ ਦੇ, ਜਿਹੜੇ ਕੁੱਲ ਮਿਲਾ ਕੇ ਚੀਜ਼ਾਂ ਵੀ ਵਿਜ਼ਟਰਸ ਨੂੰ ਵੀ ਮਿਲ ਰਹੇ ਹੈ ਔਰ ਜਿਹੜੇ ਮੈਨੂਫੈਕਚਰਰਸ ਨੂੰ ਵੀ ਮਿਲ ਰਹੇ ਹੈਗੇ ਗਾਰਮੈਂਟਸ। ਸੋ ਇਸ ਟਾਈਮ ਸ਼ੋਅ ਤੁਸੀਂ ਦੇਖ ਰਹੇ ਹੈਗੇ ਲਾਈਵ ਤਸਵੀਰਾਂ ਇਸ ਟਾਈਮ ਗਾਬਾ, ਜੀ ਹਾਂ, ਇਸ ਟਾਈਮ ਤੁਸੀਂ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਵੀ ਇਸ ਟਾਈਮ ਦਿਖਾ ਰਹੇ ਹਾਂ ਗਾਬਾ ਪ੍ਰੀਮੀਅਮ ਦੇ ਸਟਾਲ ਤੋਂ, ਗਾਬਾ ਗਾਰਮੈਂਟਸ ਦੇ ਸਟਾਲ ਤੋਂ। ਸੋ ਗੱਲਬਾਤ ਕਰਦੇ ਹਾਂ ਸਰ, ਨਮਸਕਾਰ। ਨਮਸਕਾਰ ਜੀ, ਰਿਸ਼ਵ ਗਾਬਾ ਜੀ। ਰਿਸ਼ਵ ਜੀ, ਕਿੱਦਾਂ ਦਾ ਇਸ ਟਾਈਮ ਮਾਹੌਲ ਹੈ? ਪਹਿਲਾ ਦਿਨ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ। ਕਿੱਦਾਂ ਦਾ ਫੁੱਟਬਾਲ? ਕਿੱਦਾਂ ਦਾ? ਕਾਫੀ ਅੱਛਾ ਜੀ, ਕਾਫੀ ਅੱਛਾ। ਹਾਂਜੀ, ਕੀ ਬਣਾਇਆ ਇਸ ਵਾਰੀ ਆਪਾਂ? ਇਸ ਵਾਰੀ ਅਸੀਂ ਸਮਰ ਐਡੀਸ਼ਨ ਲੈ ਕੇ ਆਏ ਹਾਂ, ਉਹਦੇ 'ਚ ਨਿੱਕਰ ਸੂਟਸ ਹੋ ਗਏ, ਉਹਦੇ 'ਚ ਬਾਬਾ ਸੂਟਸ ਬਣਾਏ ਅਸੀਂ। ਬਾਬਾ ਸੂਟਸ? ਕਿੰਨੀ ਬਾਬਾ ਸੂਟਸ ਦਾ ਮਤਲਬ ਕਿੰਨੇ ਸਾਲ ਦੀ? ਇਟ ਸਟਾਰਟ ਫਰੋਮ ਬੇਸਿਕਲੀ ਫਰੋਮ
ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਗਾਬਾ ਗਾਰਮੈਂਟਸ ਤੋਂ, ਗਾਬਾ ਜੀਜੀ ਗਾਬਾ ਤੋਂ, ਪ੍ਰੀਮੀਅਮਸ ਤੋਂ ਤੁਸੀਂ ਦੇਖ ਸਕਦੇ ਹੋ ਸਰ ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦਾ ਲੋਕੀ ਪਸੰਦ ਕਰ ਰਹੇ, ਜਿਹੜਾ ਆਪਾਂ ਕਲੈਕਸ਼ਨ ਤਿਆਰ ਕੀਤੀ। ਬਹੁਤ ਜ਼ਿਆਦਾ ਲੋਕ ਲੈ ਕੇ ਆ ਰਹੇ ਨੇ, ਬਹੁਤ ਅੱਛਾ ਅਸੀਂ ਗਾਰਮੈਂਟ ਬਣਾਏ ਹੈ ਅਤੇ ਜਿਹੜਾ ਵੀ ਕਸਟਮਰ ਆ ਰਿਹਾ ਉਹਨੂੰ ਬੜਾ ਅਪਰੀਸ਼ੀਏਟ ਕਰਦੇ ਹਾਂ ਜੀ। ਸਰ ਇਹ ਕਿੰਨੇ ਸਾਲ ਤੱਕ ਦੇ ਬੱਚਿਆਂ ਲਈ ਬਣਾਏ ਗਏ? ਅਸੀਂ 1 ਸਾਲ ਤੋਂ 10 ਸਾਲ ਦੇ ਬੱਚੇ ਤੱਕ ਦੇ ਬਣਾਉਂਦੇ ਹਾਂ ਜੀ। ਜਿਹੜਾ ਗਾਬਾ ਪ੍ਰੀਮੀਅਮ ਅਤੇ ਜੀਜੀ ਗਾਬਾ, ਦੋ ਬ੍ਰਾਂਡ ਹੈ ਸਰ? ਹਾਂਜੀ, ਇਹ ਦੋ ਬ੍ਰਾਂਡ ਸਰ, ਜੀਜੀ ਗਾਬਾ ਲੱਗ ਗਿਆ, ਜੀ ਗਾਬਾ ਪ੍ਰੀਮੀਅਮ ਲੱਗ ਗਿਆ। ਜੀਜੀ ਗਾਬਾ ਮੇਰੇ ਵੱਡੇ ਬੱਚੇ ਡੀਲ ਕਰਦੇ ਨੇ। ਓਕੇ, ਸੋ ਲਿਖਿਆ ਹੋਇਆ ਜੀਜੀ ਕਿਡਸ? ਹਾਂ, ਜੀਜੀ ਕਿਡਸ ਸਾਡਾ ਬ੍ਰਾਂਡ ਹੈ ਜੀ, ਉਹਦੇ ਵਿੱਚ ਅਸੀਂ ਅਲੱਗ ਤਰ੍ਹਾਂ ਦੀ ਆਈਟਮ ਬਣਾਉਂਦੇ ਹਾਂ। ਓਕੇ, ਤੇ ਗਾਬਾ ਪ੍ਰੀਮੀਅਮ ਸਾਡੀ ਅਲੱਗ ਤਰ੍ਹਾਂ ਦੀ ਆਈਟਮ ਬਣਦੀ ਹੈ। ਇਹ ਸਾਰੇ ਕਿਡਸ ਵੇਅਰ 'ਚ, ਇਹ ਦੋਨਾਂ ਲਈ ਹੈ, ਬੋਇਜ਼ ਐਂਡ ਗਰਲਸ ਹੀ ਆ? ਨਹੀਂ ਸਰ, ਅਸੀਂ ਖਾਲੀ ਬੋਇਜ਼ ਬਣਾਉਂਦੇ ਹਾਂ। ਸੋ ਪਹਿਲਾ ਦਿਨ ਹੈ, ਅੱਧਾ ਦਿਨ ਹੋ ਚੁੱਕਾ, ਕਿੱਦਾਂ ਦਾ ਫੁੱਟਬਾਲ ਹੈ? ਬਹੁਤ ਅੱਛਾ ਫੁੱਟਬਾਲ ਹੈ ਜੀ, ਗਾਹਕ ਦਾ ਅੱਛਾ ਰਿਸਪੋਂਸ ਹੈ ਜੀ। ਅੱਛਾ ਰਿਸਪੋਂਸ ਹੈ, ਕਿੱਥੋਂ ਕਿੱਥੋਂ ਗਾਹਕ ਆ ਚੁੱਕੇ? ਆਲ ਓਵਰ ਇੰਡੀਆ ਤੋਂ ਆ ਰਹੇ ਜੀ, ਦਿੱਲੀ ਤੋਂ ਆ ਰਿਹਾ, ਕਾਨਪੁਰ ਤੋਂ ਆ ਰਿਹਾ, ਮੁਜ਼ੱਫਰਨਗਰ ਤੋਂ ਆ ਰਿਹਾ, ਅਲੱਗ ਅਲੱਗ ਜਗ੍ਹਾ ਤੋਂ ਗਾਹਕ ਆ ਰਹੇ ਆ। ਗੱਲਬਾਤ ਕਰਦੇ ਹਾਂ, ਇੱਥੇ ਜਿਹੜਾ ਸਾਡਾ ਵਿਜ਼ਟਰ ਵੀ ਆਇਆ ਹੋਇਆ, ਵਿਜ਼ਟਰ ਵੀ ਜੁੜਿਆ ਹੋਇਆ, ਕਿੱਦਾਂ ਉਹ ਕਲੈਕਸ਼ਨਸ ਦੇਖ ਰਿਹਾ ਹੈਗਾ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਸਰ ਨਮਸਕਾਰ। ਨਮਸਕਾਰ ਜੀ, ਆਪਣਾ ਨਾਮ? ਗੌਰਵ। ਗੌਰਵ, ਹਾਂਜੀ ਗੌਰਵ ਜੀ, ਕਿਆ ਕਹਿਣਾ ਚਾਹੋਗੇ ਇਸ ਸਮੇਂ? ਆਪ ਕਹਾਂ ਸੇ ਹੋ? ਪਾਣੀਪਤ ਸੇ। ਪਾਣੀਪਤ ਸੇ, ਹਾਂਜੀ। ਸੋ ਕਿਆ ਕਹਿਣਾ ਚਾਹੋਗੇ, ਆਪ ਪਹੁੰਚੇ ਹੋ ਯਹਾਂ ਪੇ ਐਗਜ਼ੀਬਿਸ਼ਨ ਦੇਖਨੇ? ਬਸ ਅਭੀ ਆਏ ਹਾਂ, ਵਿਜ਼ਿਟ ਕਰਾ, ਦੇਖਤੇ ਹੈ ਸਾਰੇ ਸੈਂਪਲ ਵਗੈਰਾ, ਠੀਕ ਹੈ ਆਈਟਮਸ? ਤੋ ਰੈਗੂਲਰ ਆਤੇ ਹੈ? ਹਾਂਜੀ ਹਾਂਜੀ, ਰੈਗੂਲਰ ਆਤੇ ਹੈ ਬਿਲਕੁਲ। ਕੈਸਾ? ਠੀਕ, ਅੱਛਾ ਰਿਸਪੋਂਸ ਆ, ਬੜੀਆ ਕਲੈਕਸ਼ਨ ਹੈ, ਕੁਛ ਨਏ ਫੈਬਰਿਕਸ ਵੀ ਇੰਟਰੋਡਿਊਸ ਹੋਇਆ, ਵਹੀ ਸਭ ਦੇਖ ਰਹੇ ਹੋ ਇਸ ਟਾਈਮ ਤੋਂ? ਹਾਂਜੀ ਸਰ, ਆਪਕਾ? ਸੁਨੀਲ ਕਥੋਰੀਆ ਜੀ। ਆਪ ਵੀ ਪਾਣੀ? ਹਾਂ, ਸੁਨੀਲ ਟ੍ਰੇਡਿੰਗ ਪਾਣੀਪਤ ਸੇ। ਓਕੇ, ਹਾਂ ਤੀਸਰਾ ਕਹਿਣਾ ਚਾਹੇਂਗੇ? ਨਹੀਂ, ਬੜੀਆ ਐਗਜੀਬਿਸ਼ਨ ਉਹਨੇ ਲਗਾਉਣੀ ਸਟਾਰਟ ਕੀਆ, 4 ਈਅਰਸ ਹੋ ਗਏ ਹੈ, ਬੜੀਆ ਰਿਸਪੋਂਸ ਹੈ, ਸਭ ਕੁਛ। 30 ਸਾਲ ਸੇ ਆ ਰਹੇ ਹਾਂ ਲੁਧਿਆਣਾ, ਪ੍ਰੋਪਰ ਕੰਮ ਕਰ ਰਹੇ ਹਾਂ ਮੈਨੂਫੈਕਚਰ ਕੇ ਸਾਥ। ਆਪਕੋ ਅੱਛਾ ਨਹੀਂ ਥਾ ਕਿ ਪਹਿਲੇ ਇਨਕੋ ਵਹਾਂ ਆਨਾ ਪੜਤਾ ਥਾ, ਅਬ ਆਪਕੋ ਯਹਾਂ ਆਨਾ ਪੜਤਾ ਹੈ? ਨਹੀਂ, ਐਸਾ ਕੁਛ ਨਹੀਂ ਹੈ, ਇਨਕੋ ਪਹਿਲੇ ਵੀ ਨਹੀਂ ਆਨਾ ਪੜਤਾ ਥਾ, ਬਲਕਿ ਕਸਟਮਰ ਕੇ ਲਈ ਸਹੂਲੀਅਤ ਹੋ ਗਈ ਹੈ, ਇੱਕ ਜਗ੍ਹਾ ਸਾਰਾ ਕੰਮ ਹੋ ਜਾਂਦਾ। ਠੀਕ ਹੈ, ਮਤਲਬ ਅੱਛਾ ਹੈ ਇਹ? ਹਾਂ ਬਿਲਕੁਲ। ਧੰਨਵਾਦ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ, ਕਿ ਕਿੱਦਾਂ ਜਿਹੜੀ ਐਗਜੀਬਿਸ਼ਨ ਹੈ ਚੱਲ ਰਹੀ ਹੈ, ਔਰ ਐਗਜੀਬਿਸ਼ਨ ਦੇ ਵਿੱਚ ਕਿੱਦਾਂ ਬਾਇਰ ਐਂਡ ਸੈਲਰ ਜਿਹੜਾ ਆਪਸ 'ਚ ਬੈਠ ਕੇ ਮੰਥਨ ਕੀਤਾ ਜਾਂਦਾ ਹੈ, ਜਿਹੜੇ ਸੈਂਪਲਸ ਤਿਆਰ ਕੀਤੇ ਜਾਂਦੇ ਹੈ ਉਹਦਾ ਪ੍ਰੀਵਿਊ ਕੀਤਾ ਜਾਂਦਾ, ਉਹਦੇ ਵਿੱਚੋਂ ਜਿਹੜੇ ਸ਼ਾਰਟਲਿਸਟ ਹੁੰਦੇ ਹੈ ਕੁਛ ਪੀਸਿਸ, ਉਹਨੂੰ ਹੀ ਫਾਈਨਲ ਕਲੈਕਸ਼ਨ ਦਾ ਰੂਪ ਦਿੱਤਾ ਜਾਂਦਾ। ਇਹ ਸੀ ਫਿਲਹਾਲ ਗਾਬਾ ਗਾਰਮੈਂਟਸ, ਗਾਬਾ ਪ੍ਰੀਮੀਅਮ, ਗਾਬਾ ਜੀਜੀ ਕਿਡਸ ਜਿਹੜਾ ਹੈਗਾ ਬ੍ਰਾਂਡ, ਉਹਦੇ ਤੋਂ ਇਸ ਵੇਲੇ ਦਾ ਅਪਡੇਟ।